ਫਰੈਂਡਸ ਵਰਲਡ ਟੀਵੀ ਤੇ ਇੰਡਸਟਰੀ ਤੇ ਤੁਹਾਡਾ ਨਿੱਘਾ ਜਿਹਾ ਸਵਾਗਤ। ਮੈਂ ਤੁਹਾਡਾ ਆਪਣਾ ਵਰੁਣ ਤਿਵਾਰੀ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਹੈਗੇ ਆ ਗੁਲਾਬ ਸਿੱਧੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਗੁਰਮਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਅਤੇ ਨਾਲ ਪਰਮਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਐਂਡ ਸ਼ੇਖੋ ਬ੍ਰਦਰਸ ਦੋਨੋਂ ਸਾਡੇ ਨਾਲ ਨੇ, ਗੁਰੂ ਸ਼ੇਖੋ ਐਂਡ ਅਜੇ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਤੁਹਾਡਾ ਆਸਟ੍ਰੇਲੀਆ ਦੇ ਵਿੱਚ ਸਿਡਨੀ ਦੀ ਧਰਤੀ 'ਤੇ ਤੁਹਾਡਾ ਨਿੱਘਾ ਜਿਹਾ ਸਵਾਗਤ ਆ। ਥੈਂਕ ਯੂ। ਅਤੇ ਕਿੱਦਾਂ ਲੱਗ ਰਿਹਾ ਇਹ ਈਵੈਂਟ ਕਿਹੜਾ ਤੁਸੀਂ ਕਰਨ ਆਏ ਹੋ ਸਾਰੇ ਮਿਲ ਕੇ, ਕਿੱਦਾਂ ਲੱਗ ਰਿਹਾ ਅੱਜ? ਬਹੁਤ ਬਹੁਤ ਜ਼ਿਆਦਾ ਵਧੀਆ ਜੀ, ਅਤੇ ਸਾਰਿਆਂ ਦਾ ਥੈਂਕ ਯੂ ਜਿੰਨੇ ਸਿਡਨੀ 'ਚ ਸਾਡੇ ਭਰਾ ਰਹਿੰਦੇ ਆ, ਸਾਡੇ ਪੰਜਾਬੀ ਪਰਿਵਾਰ, ਪੰਜਾਬੀ ਫੈਮਿਲੀ ਆ, ਸਾਰਿਆਂ ਦਾ ਬਹੁਤ ਥੈਂਕ ਯੂ। ਅਤੇ ਗੁਰੀ ਸੇਖੋਂ, ਬਾਈ ਮਨੂ ਬਿਗ ਬੀ ਅਤੇ ਪਰਮਿੰਦਰ ਵੀਰਾ ਨਾਭਾ ਪ੍ਰੋਡਕਸ਼ਨ ਵਾਲੇ, ਅਤੇ ਸਾਰੇ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਬਾਈ। ਅਤੇ ਬਾਈ ਪਰਮਿੰਦਰ ਪਾਰਸ ਬੈਠਾ, ਬਾਈ ਨੇ ਵੀ ਗਾਉਣਾ ਜੀ ਇੱਥੇ, ਅਤੇ ਸਾਡਾ ਛੋਟਾ ਭਰਾ ਗੁਰਮਨ, ਸਾਰੇ ਵਧੀਆ ਮਿਲ ਕੇ ਲਾਵਾਂਗੇ ਜੀ ਰੌਣਕਾਂ। ਅਤੇ ਰੌਣਕਾਂ ਲੱਗਣ ਵਾਲੀਆਂ, ਅਤੇ ਥੋੜ੍ਹੇ ਰੌਣਕਾਂ ਹੁਣ ਗਾਣਿਆਂ ਦੀ ਗੱਲ ਚੱਲੀ ਹੈ, ਅਤੇ ਆਪਾਂ ਇੱਕ ਇੱਕ ਗਾਣਾ ਤਾਂ ਸਾਰਿਆਂ ਤੋਂ ਹੋ ਹੀ ਜਾਵੇ। ਅਤੇ ਭਾਜੀ, ਆਪਾਂ ਤੁਹਾਡੇ ਬਹੁਤ ਸਾਰੇ ਹਿੱਟ ਗਾਣੇ ਨੇ, ਅਤੇ ਇਹ ਕਿਹੜਾ ਅੱਜ ਕਿਹੜਾ ਤੁਸੀਂ ਸਾਰਿਆਂ ਨੂੰ ਨਿੱਘਾ ਜਿਹਾ ਗਾਣਾ ਇੱਕ ਹੋ ਜਾਏ? ਜ਼ਰੂਰ ਜੀ। ਹੋ ਰਹਿੰਦੀ ਦੁਨੀਆ 'ਤੇ ਨਾਮ ਰਹੂਗਾ, ਹੋ ਰਹਿੰਦੀ ਦੁਨੀਆ 'ਤੇ ਨਾਮ ਰਹੂਗਾ, ਆਓ ਜੱਟ ਮੂਸੇ ਵਾਲਾ ਕਹਿੰਦਾ ਜੱਟੀਏ, ਓਏ ਉਹਨੂੰ ਦਿੰਦੇ ਆ ਡਰਾਵੇ ਗੋਲੀ ਦੇ, ਜਿਹੜਾ ਸਿਵਿਆਂ 'ਚ ਪੈਂਦਾ ਜੱਟੀਏ, ਓ ਕੱਲੀ ਮਿੱਠੀਏ ਖੁਦਾਰੀ ਮਿਲੂਗੀ, ਆ ਲਹੂ ਜੱਟ ਦਾ ਜਦੋਂ ਵੀ ਪੁਣਿਆ, ਓ ਤੇਰੇ ਕੀਆਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ। ਕਿਆ ਬਾਤ ਹੈ, ਕਿਆ ਬਾਤ ਹੈ! ਅਤੇ ਕਿਹੜੇ ਸ਼ੋਅ ਦੀ ਤਿਆਰੀਆਂ ਚੱਲ ਰਹੀਆਂ, ਕਿੱਦਾਂ ਹੋ ਰਿਹਾ, ਅਤੇ ਥੋੜ੍ਹਾ ਗੁਰੂ ਤੋਂ ਆਪਾਂ ਜਾਣਨਾ ਚਾਹਾਂਗੇ ਗੁਰੂ ਜੀ, ਕੀ ਪਲੈਨਿੰਗ ਚੱਲ ਰਹੀ ਹੈ, ਅਤੇ ਕਿੱਥੇ ਕਿੱਥੇ ਕੀ ਹੋਣ ਜਾ ਰਿਹਾ, ਟਿਕਟਾਂ ਕਿੱਥੇ ਅਵੇਲੇਬਲ ਨੇ? ਹਾਂਜੀ, ਡਰਾਈ ਟਿਕਟ 'ਤੇ ਜਾ ਕੇ ਤੁਸੀਂ ਆਪਣੇ ਟਿਕਟਾਂ ਬਾਏ ਕਰ ਸਕਦੇ ਹੋ, ਅਤੇ 30% ਡਿਸਕਾਊਂਟ ਦੇ ਰਹੇ ਹਾਂ ਆਪਾਂ ਪ੍ਰੋਮੋ ਕੋਡ 'ਤੇ, ਜੇ ਤੁਸੀਂ ਵਰੁਣ ਭਾਅ ਜੀ ਉਹਨਾਂ ਦਾ ਚੈਨਲ ਸਬਸਕ੍ਰਾਈਬ ਕਰ ਰਹੇ ਹੋ ਜਾਂ ਰੇਡੀਓ ਹਾਂਜੀ ਦਾ, ਤਾਂ 30% ਦਾ ਅਸੀਂ ਔਫ ਦੇ ਰਹੇ ਹਾਂ। ਅਤੇ ਬਾਕੀ ਤੁਸੀਂ ਕੱਲ੍ਹ ਆਓਗੇ ਤਾਂ ਤੁਹਾਨੂੰ ਵਧੀਆ ਲੱਗੂਗਾ, ਸਾਰੇ ਇੰਜੋਏ ਕਰੋਗੇ। ਦੇਸੀ ਬਲਾਸਟ ਡੀਜ਼ੇ ਨਾਈਟ ਬਲੈਕ ਟਾਊਨ ਪਲੇ ਪੁਆਇੰਟ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਗੁਰਮਨ ਜੀ, ਤੁਹਾਡਾ ਕਿਹੜਾ ਗਾਣਾ ਤੁਸੀਂ ਸਾਰਿਆਂ ਦੇ ਕੋਲ ਰੱਖ ਰਹੇ ਹੋ? ਮੈਂ ਇਸ਼ਕ ਦਾ ਪੱਤਿਆ ਦੇਖ ਨਾ ਸਕਿਆ ਮਾਚਸ ਹੱਥਾਂ 'ਚ, ਉਹ ਤੂੰ ਜਦ ਪਹਿਲੀ ਵਾਰ ਮਿਲੀ ਸੀ ਮੈਨੂੰ ਕਾਗਜ਼ ਵਰਗੇ ਨੂੰ, ਮੈਂ ਸ਼ਰਦਾ ਦੇ ਵਿੱਚ ਡੁੱਬਿਆ ਹੋਇਆ ਆਸ਼ਿਕ ਸੀ ਤੇਰਾ, ਤੂੰ ਕਰਦੀ ਰਹੀ ਜਲੀਲ ਨੀ ਪਿਆਰ ਇਬਾਦਤ ਵਰਗੇ ਨੂੰ, ਚੱਲ ਪੈਸੇ ਦੇ ਨਾਲ ਵੇਚ ਖਰੀਦ ਲਵੇਂਗੀ ਲੋਕਾਂ ਨੂੰ, ਉਹ ਪਰਚਮ ਤੇ ਤਾਰੇ ਤੇਰੇ ਖੜੇ ਖਿਲਾਫ ਨੀ ਮੁਕਰਨੇ, ਨੀ ਜਿਹੜੇ ਸਾਬ ਨਾ ਮਾਰ ਕੇ ਗਈਆਂ ਯਾਰ ਗਰੀਬਾਂ ਨੂੰ, ਜਾ ਗੰਗਾ ਜਲ ਵਿੱਚ ਨਾ ਕੇ ਵੀ ਤੇਰੇ ਪਾਪ ਨੀ ਉਤਰਨੇ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਹੀ ਸੁਰੀਲੀ ਆਵਾਜ਼। ਅਤੇ ਇਹਦੇ ਨਾਲ ਹੀ ਪਰਮਜੀਤ ਜੀ, ਤੁਸੀਂ ਇਹ ਦੱਸੋ ਕਿ ਕਾਫ਼ੀ ਪੁਰਾਣੀਆਂ ਗੱਲਾਂ ਆਪਾਂ ਕੀਤੀਆਂ ਤੁਹਾਡੇ ਨਾਲ ਬਹਿ ਕੇ, ਕਿ ਤੁਸੀਂ ਦੂਰਦਰਸ਼ਨ ਤੋਂ 2003 ਤੋਂ ਸਟਾਰਟ ਹੋਏ, ਅਤੇ ਹੁਣ ਆਸਟ੍ਰੇਲੀਆ ਦੀ ਧਰਤੀ 'ਤੇ ਤੁਹਾਡਾ ਕਿਹੜਾ ਸ਼ੋਅ ਹੋਣ ਜਾ ਰਿਹਾ, ਈਵੈਂਟ ਹੋਣ ਜਾ ਰਿਹਾ, ਅਤੇ ਉਹਦੇ ਬਾਰੇ ਥੋੜ੍ਹਾ ਦੱਸੋ ਹੁਣ ਕਿੱਦਾਂ, ਕੀ ਕੀ ਤਿਆਰੀ ਦੇ ਨਾਲ ਤੁਸੀਂ ਆਸਟ੍ਰੇਲੀਆ ਦੀ ਧਰਤੀ 'ਤੇ ਪਹੁੰਚੇ ਹੋ? ਸਾਰੇ ਵੀਰ ਤੈਰਾਕੀ ਮੈਂ ਆਪਣਾ ਲਾਵਾਂਗੇ ਹੁਣ, ਠੀਕ ਹੈ ਜੀ। ਕੱਲ੍ਹੋਂ ਈਵੈਂਟ ਹੋ ਰਿਹਾ, ਗਾਣਾ ਗਾਣਾ ਸੁਣਾ ਦਿਓ ਕੋਈ ਵਧੀਆ। ਗਾਣਾ ਇੱਕ ਮੇਰਾ ਨਵਾਂ ਹੈ ਜੀ,
ਮੇਰੇ ਸ਼ਹਿਰ ਬਾਰੇ। ਓ ਨਹਿਰ ਕਿਨਾਰਾ ਕਹਿਣ ਦੋ ਰਹਾ ਪਿੰਡੇ ਥੋੜੀ ਦੂਰ ਮੇਰਾ, ਲੰਮਿਆਂ ਰੂਟਾਂ ਦੀ ਬੱਸ ਨਾ ਰੁਕਦੀ, ਉਂਜ ਸ਼ਹਿਰ ਬੜਾ ਮਸ਼ਹੂਰ ਮੇਰਾ। ਓ ਪਿੰਡਾ ਲੰਮਾ ਹੋ ਗਿਆ ਪਰਮਿੰਦਰ ਤੋਂ ਪਾਰਸ ਦਾ, ਓ ਮੁੱਲ ਕਿਤੇ ਤਾਂ ਪੈਣਾ ਸੱਭਿਆ ਚਾਰ ਦੇ ਵਾਰਸ ਦਾ। ਰੂਹ ਮੇਰੀ ਬਾਲੀਵੁੱਡ ਦੇ ਗੇੜੇ ਲਾਉਂਦੀ, ਨਾ ਸੁਪਨਾ ਹੋ ਜੇ ਚੂਰ ਮੇਰਾ, ਲੰਮਿਆਂ ਰੂਟਾਂ ਦੀ ਬੱਸ ਨਾ ਰੁਕਦੀ, ਉਂਜ ਸ਼ਹਿਰ ਬੜਾ ਮਸ਼ਹੂਰ ਮੇਰਾ। ਕਿਆ ਬਾਤ ਹੈ, ਕਿਆ ਬਾਤ ਹੀ, ਬਹੁਤ ਹੀ ਸੁਰੀਲੀ ਆਵਾਜ਼। ਤੇ ਦੋਸਤੋ, ਕੱਲ ਦੀ ਡੇਟ ਦੇ ਵਿੱਚ, ਬਲਕਿ ਕਵਾਂਗੇ ਅੱਜ, ਤੁਸੀਂ ਟਿਕਟਾਂ ਬਾਏ ਕਰ ਸਕਦੇ ਹੋ ਗੁਰੂ ਸ਼ੇਖੋ ਤੋਂ, ਤੇ ਅਜੇ ਜੀ ਕੋਲੋਂ ਸਾਰੀ ਇਨਫੋਰਮੇਸ਼ਨ ਲੈ ਕੇ ਤੇ ਕੰਟੈਕਟ ਕਰ ਸਕਦੇ ਹੋ ਡਿਟੇਲ ਦੇ ਵਿੱਚ ਦਿੱਤੇ ਹੋਏ ਨੰਬਰਾਂ ਦੇ ਨਾਲ, ਤੇ ਅਸੀਂ ਸਾਰੇ ਮਿਲਦੇ ਹਾਂ ਤੁਹਾਨੂੰ ਪਲੇ ਪੁਆਇੰਟ ਦੇ ਵਿੱਚ, ਬਲੈਕ ਟਾਊਨ ਦੇ ਵਿੱਚ ਇਹ ਹੋਣ ਜਾ ਰਿਹਾ, ਤੇ ਨਾਈਟ ਕਲੱਬ ਦਾ ਪੂਰਾ ਮਾਹੌਲ ਆ, ਫਰਾਈਡੇ ਨਾਈਟ ਆ, ਤੇ ਆ ਜਾਓ ਸਾਰੇ ਮਿਲ ਕੇ ਤੇ ਪਾ ਦਈਏ ਰੌਣਕਾਂ, ਪਾ ਦਈਏ ਤੂਮਾਂ, ਤੇ ਇੰਜੋਏ ਕਰਨ ਦਾ ਸਹੀ ਟਾਈਮ ਆ ਗਿਆ ਆ। ਗੁਲਾਬ ਜੀ, ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ? ਮੈਂ ਸਾਰਿਆਂ ਨੂੰ ਇਹੀ ਕਹਿਣਾ ਜੀ ਵੀ ਜਿੰਨੇ ਆਪਣੇ ਪੰਜਾਬੀ ਭਰਾ, ਪੰਜਾਬੀ ਪਰਿਵਾਰ, ਪੰਜਾਬੀ ਫੈਮਿਲੀ ਆ, ਸਾਰੇ ਜਾਣੇ ਜ਼ਰੂਰ ਪਹੁੰਚਿਓ, ਮਿਲਦੇ ਹਾਂ, ਲਾਉਂਦੇ ਰੌਣਕਾਂ ਅਤੇ ਇੰਜੋਏ ਕਰਾਂਗੇ। ਇਹ ਕੋਈ ਇਹ ਨਹੀਂ ਵੀ ਮੈਂ ਕੋਈ ਸ਼ੋਅ ਕਰਨ ਆਇਆ ਜਾਂ ਇਹ, ਬਸ ਇਹ ਇੱਕ ਇਹ ਆ ਵੀ ਜਿੰਨੇ ਸਾਡੇ ਪੰਜਾਬੀ ਭਰਾ, ਪੰਜਾਬੀ ਪਰਿਵਾਰ ਆ, ਸਾਰਿਆਂ ਨੂੰ ਮੈਂ ਮਿਲਣ ਆਇਆ, ਅਤੇ ਮੈਂ ਉਮੀਦ ਕਰਦਾ ਵੀ ਸਾਰੇ ਮੈਨੂੰ ਮਿਲਣ ਆਉਣਗੇ, ਅਤੇ ਆਪਾਂ ਮਿਲ ਕੇ ਗਾਉਣਾ ਤਾਂ ਹੈਗਾ ਹੀ ਹੈਗਾ, ਆਪਾਂ ਹੋਰ ਗੱਲਾਂ ਵੀ ਕਰਾਂਗੇ ਪੰਜਾਬ ਬਾਰੇ, ਇੱਥੇ ਬਾਰੇ, ਸਿਡਨੀ ਬਾਰੇ, ਦੋਨਾਂ ਮਿੱਟੀਆਂ ਬਾਰੇ। ਸੋ ਸਾਰੇ ਜਾਣੇ ਜ਼ਰੂਰ ਪਹੁੰਚਿਓ ਜੀ। ਅਤੇ ਗੁਰਮਨ ਜੀ, ਤੁਸੀਂ ਜਾਂਦੇ ਜਾਂਦੇ ਕੁਝ ਕਹਿਣਾ ਚਾਹੋਗੇ? ਬਿਲਕੁਲ ਜੀ, ਜ਼ਰੂਰ ਸਾਰੇ ਪਹੁੰਚੋ, ਸਾਰੇ ਭਰਾ ਮੇਰੇ ਜਿਹੜੀਆਂ ਟਿਕਟਾਂ ਨਹੀਂ ਗਈਆਂ ਉਹ ਸਾਰੇ ਪਹੁੰਚੋ, ਅਤੇ ਉਸ ਚੀਜ਼ ਨੂੰ ਕਵਰ ਕਰੀਏ, ਅਤੇ ਆਪਾਂ ਲਾਈਏ ਸ਼ਾਮਾਂ ਨੂੰ ਰੌਣਕਾਂ ਅੱਜ ਫਿਰ ਕੱਲ੍ਹ। ਅਤੇ ਪਰਵਿੰਦਰ ਜੀ, ਹਾਂ ਜੀ, ਰੌਣਕਾਂ ਲਾਈਏ ਫਿਰ, ਮਿਲਦੇ ਆ ਸਾਰੇ ਪਲੇ ਪੁਆਇੰਟ ਜੀ, ਅਤੇ ਮਿਲਦੇ ਹਾਂ ਜੀ ਪਲੇ ਪੁਆਇੰਟ, ਅਤੇ ਗੁਰੂ ਸ਼ੇਖੋ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ, ਅਤੇ ਅਸੀਂ ਦੇ ਨਾਲ ਲੈਂਦੇ ਹਾਂ ਸਹੀ ਇਜਾਜ਼ਤ, ਅਤੇ ਮਿਲਦੇ ਹਾਂ ਪਲੇ ਪੁਆਇੰਟ ਬਲੈਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ।